ਇੰਸਟਾਗ੍ਰਾਮ ਤੇ ਰੀਲਾਂ ਤੇ ਇਹ ਜੇ ਵਿਊ ਲਿਆਉਣ ਲਈ ਵੀਡੀਓ ਐਂਡ ਤੱਕ ਪੂਰੀ ਜ਼ਰੂਰ ਦੇਖਿਓ। ਤੇ ਚਲੋ ਆਪਾਂ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਵਾਇਰਲ ਕਿਵੇਂ ਕਰੀਆ, ਰੀਲ ਵਾਇਰਲ ਕਿਵੇਂ ਕਰੀਏ, ਤੇ ਇੰਸਟਾਗ੍ਰਾਮ ਪਹਿਲਾਂ ਓਪਨ ਕਰੋ। ਮੈਂ ਸਕਰੀਨ ਰਿਕਾਰਡਿੰਗ ਓਪਨ ਕਰ ਲੈਣਾ, ਤੁਸੀਂ ਇੱਧਰ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਇੰਸਟਾਗ੍ਰਾਮ ਜਦੋਂ ਓਪਨ ਕਰਾਂਗੇ, ਉੱਪਰ ਆ ਜਾਓ ਇੰਸਟਾਗ੍ਰਾਮ ਦਾ ਲੋਗੋ, ਲੋਗੋ ਆ ਜਾਓ ਤੇ ਆਪਣਾ ਆ ਜਾਓ ਇੰਸਟਾਗ੍ਰਾਮ ਦਾ ਪੇਜ। ਉਹ ਤੋਂ ਬਾਅਦ ਪਲੱਸ ਵਾਲਾ ਆਈਕਨ ਆ ਜਾਓ, ਉਹਤੇ ਕਰੋ ਕਲਿੱਕ। ਪਲੱਸ ਵਾਲੇ ਆਈਕਨ ਤੇ ਆ ਕੇ ਕਲਿੱਕ, ਤੁਹਾਡੇ ਮੂਹਰੇ ਪੋਸਟ ਵਾਲਾ ਆਪਸ਼ਨ ਆ ਜਾਓ ਨੀਚੇ। ਉੱਥੋਂ ਆਪਾਂ ਤੁਹਾਨੂੰ ਐਰੋ ਦਾ ਨਿਸ਼ਾਨ ਦਿਖਾਵਾਂਗੇ, ਉੱਥੋਂ ਰੀਲ ਵਾਲਾ, ਰੀਲ ਵਾਲੇ ਆਪਸ਼ਨ ਤੇ ਕਲਿੱਕ ਕਰੋ। ਰੀਲ ਵਾਲੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੂਹਰੇ ਫੋਟੋਆਂ ਤੇ ਰੀਲ ਵੀਡੀਓ ਆ ਜਾਣਗੇ, ਜੋ ਵੀ ਤੁਸੀਂ ਇੰਸਟਾਗ੍ਰਾਮ ਤੇ ਅਪਲੋਡ ਕਰਨੀ ਹੋਈ ਰੀਲ, ਤੇ ਆ ਉੱਥੋਂ ਤੁਸੀਂ ਸਿਲੈਕਟ ਕਰ ਸਕਦੇ ਹੋ। ਚਲੋ ਆਪਾਂ ਨੇ ਇੱਕ ਫੋਟੋ ਸਿਲੈਕਟ ਕਰ ਲਈ ਆਪਦੀ, ਤੇ ਇਦੋਂ ਬਾਅਦ ਆ ਗਿਆ ਆਪਣਾ ਜਿਹੜਾ ਫੋਟੋ ਜਾਂ ਕੋਈ ਵੀ ਵੀਡੀਓ ਆ ਜਾਊਗੀ, ਤੇ ਉੱਪਰ ਆ ਗਿਆ ਮਿਊਜ਼ਿਕ ਵਾਲਾ ਆਪਸ਼ਨ, ਮਿਊਜ਼ਿਕ ਵਾਲੇ ਆਪਸ਼ਨ ਤੇ ਕਲਿੱਕ ਕਰੋ। ਤੇ ਦੱਸਦੇ ਆ ਜਿਹੜਾ ਟ੍ਰੈਂਡਿੰਗ ਮਿਊਜ਼ਿਕ, ਜੇ ਤੁਸੀਂ ਉਹਤੇ ਰੀਲ ਬਣਾਓਗੇ ਤਾਂ ਤੁਹਾਡੇ ਰੀਲਾਂ ਵਾਇਰਲ ਹੋਣਗੇ। ਜਿਵੇਂ ਉਹਨਾਂ ਸਕਰੋਲ ਡਾਊਨ ਕਰਕੇ ਆ ਗਿਆ ਓਰੀਜਨਲ ਆਡੀਓ, ਇੱਥੇ ਆਪਾਂ ਨੂੰ ਤਿੰਨ ਆਡੀਓ ਸ਼ੋ ਹੋ ਰਿਹਾ ਹੈ, ਜਿਨ੍ਹਾਂ ਦੇ ਐਰੋ ਉੱਪਰ ਨੂੰ ਆ, ਤੇ ਇਹ ਟ੍ਰੈਂਡਿੰਗ ਦੇ ਵਿੱਚ ਹੈ। ਤੇ ਇਹਨਾਂ ਦੇ ਨਾਲ ਆ ਗਿਆ ਸੀ ਮੂਵਰ ਵਾਲਾ ਆਪਸ਼ਨ ਸਾਈਡ ਤੇ, ਤੁਹਾਨੂੰ ਐਰੋ ਨਾਲ ਦਿਖਾਉਣਾ ਕਿ ਸੀ ਮੂਵਰ ਵਾਲੇ ਆਪਸ਼ਨ ਤੇ ਕਲਿੱਕ ਕਰਕੇ ਤੁਹਾਡੇ ਮੂਹਰੇ ਉਹ ਜੇ ਬਹੁਤ ਸਾਰੇ ਐਰੋ ਵਾਲੇ ਆਡੀਓ ਆ ਜਾਣਗੇ, ਜਿਹਦੇ ਤੁਸੀਂ ਕੋਈ ਵੀ ਆਡੀਓ ਸਿਲੈਕਟ ਕਰਕੇ ਆਪਣੀ ਰੀਲ ਤੇ ਸੌਂਗ ਲਗਾ ਸਕਦੇ ਹੋ। ਜਿਵੇਂ ਆਪਾਂ ਨੇ ਆਹ ਵਾਲਾ ਸੌਂਗ ਸਿਲੈਕਟ ਕਰ ਲਿਆ, ਸੌਂਗ ਦਾ ਕੋਈ ਵੀ ਪੈਰਾ ਜਿਹੜਾ ਵੀ ਆਪਾਂ ਨੇ ਲਾਉਣਾ ਹੋਇਆ ਉਹ ਆਪਾਂ ਲਾ ਸਕਦੇ। ਉਦੋਂ ਬਾਅਦ ਆ ਗਿਆ ਉੱਪਰ ਡਾਣ ਵਾਲਾ ਆਪਸ਼ਨ, ਡਾਣ ਵਾਲੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਹੋਰ ਕੁਝ ਕਰਨਾ ਚਾਹੁੰਦੇ ਹੋ, ਸਟੀਕਰ ਜਾਂ ਕੁਛ ਹੋਰ ਫਿਲਟਰ ਲਾਉਣਾ ਚਾਹੁੰਦੇ ਹੋ, ਤੁਸੀਂ ਲਾ ਸਕਦੇ ਹੋ। ਉਦੋਂ ਬਾਅਦ ਆ ਗਿਆ ਨੈਕਸਟ ਵਾਲਾ ਆਪਸ਼ਨ ਨੀਚੇ ਸਾਈਡ ਤੇ ਕੋਰਨਰ ਤੇ ਆ ਗਿਆ, ਆਪਾਂ ਉਹਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਦੱਸਾਂਗੇ। ਇਹ ਮੇਨ ਗੱਲ ਹੁੰਦੀ ਹੈ ਟਾਈਟਲ ਅਤੇ ਹੈਸ਼ਟੈਗ। ਟਾਈਟਲ ਆਪਾਂ ਚੱਲ ਇਹ ਤੁਹਾਨੂੰ ਦੱਸਣ ਲਈ ਬਣਾ ਰਹੇ ਹਾਂ, ਤੇ ਆਪਾਂ ਇਹਤੇ ਕੋਈ ਵੀ ਟਾਈਟਲ ਲਾ ਸਕਦੇ। ਜਿਵੇਂ ਆਪਾਂ ਨੇ ਡਾਲਤਾ ਮਾਈ ਨਿਊ ਰੀਲ, ਤੇ ਉਦੋਂ ਬਾਅਦ ਆਪਾਂ ਦੱਸਾਂਗੇ ਤੁਹਾਨੂੰ ਟ੍ਰੈਂਡਿੰਗ ਹੈਸ਼ਟੈਗ। ਟ੍ਰੈਂਡਿੰਗ ਹੈਸ਼ਟੈਗ ਨਾਲ ਹੀ ਤੁਹਾਡੀ ਰੀਲ ਵਾਇਰਲ ਹੋਊਗੀ। ਪਹਿਲ ਤੇ ਆਪਾਂ ਨੇ ਡਾਲਿਆ ਹੈਸ਼ਟੈਗ ਵਾਇਰਲ, ਦੂਜੇ ਨੰਬਰ ਤੇ ਡਾਲਿਆ ਹੈਸ਼ਟੈਗ ਇੰਸਟਾ ਗੁੱਡ, ਤੇ ਆਪਾਂ ਹੁਣ ਤੀਜੇ ਨੰਬਰ ਤੇ ਹੈਸ਼ਟੈਗ ਟ੍ਰੈਂਡਿੰਗ। ਆਪਾਂ ਨੇ ਹੈਸ਼ਟੈਗ ਟ੍ਰੈਂਡਿੰਗ ਇਹ ਵੀ ਅਪਲੋਡ ਕਰਤਾ, ਟ੍ਰੈਂਡਿੰਗ ਰੀਲਸ। ਤੇ ਉਸ ਤੋਂ ਬਾਅਦ ਆਪਾਂ ਨੇ ਫਿਰ ਹੈਸ਼ਟੈਗ ਲਿਆ, ਤੇ ਉਸ ਤੋਂ ਬਾਅਦ ਆਪਾਂ ਫਿਰ ਲੈਣਾ ਇੰਸਟਾਗ੍ਰਾਮ। ਇੰਸਟਾਗ੍ਰਾਮ ਜਿਹੜਾ ਵੀ ਇੰਸਟਾਗ੍ਰਾਮ ਤੇ ਮਿਊਜ਼ਿਕ ਟ੍ਰੈਂਡਿੰਗ 'ਚ ਹੋਇਆ, ਜੇ ਤੁਸੀਂ ਉਹ 'ਤੇ ਰੀਲ ਬਣਾਓਗੇ 100% ਤੁਹਾਡੀ ਰੀਲ ਵਾਇਰਲ ਜ਼ਰੂਰ ਹੋਊਗੀ। ਉਸ ਤੋਂ ਬਾਅਦ ਆ ਗਿਆ ਸ਼ੇਅਰ ਵਾਲਾ ਆਪਸ਼ਨ, ਸ਼ੇਅਰ ਵਾਲੇ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਦੇਖ ਹੀ ਸਕਦੇ ਹੋ ਭਲਾ ਜੇ ਤੁਹਾਡੀ ਵੀਡੀਓ ਅਪਲੋਡ ਹੋ ਹੀ ਜਾ ਰਹੀ ਹੈ। ਤੇ ਜਿਹੜਾ ਵੀ ਟ੍ਰੈਂਡਿੰਗ ਦੇ ਮਿਊਜ਼ਿਕ ਹੋਏ, ਜੇ ਤੁਸੀਂ ਉਹ 'ਤੇ ਵੀਡੀਓ ਬਣਾਓਗੇ ਤਾਂ ਤੁਹਾਡੀ ਵੀਡੀਓ 100% ਵਾਇਰਲ ਹੋਊਗੀ। ਤੇ ਆਪਾਂ ਦੇਖ ਸਕਦੇ ਹਾਂ ਆਪਣੀ ਰੀਲ ਅਪਲੋਡ ਹੋ ਰਹੀ ਹੈ, ਤੇ ਬਾਅਦ ਚੋਂ ਆਪਾਂ ਦਿਖਾਵਾਂਗੇ ਵੀ ਆ ਗਈ ਆਪਣੀ ਰੀਲ, ਆ ਗਿਆ ਮੇਰਾ ਇੰਸਟਾਗ੍ਰਾਮ ਅਕਾਊਂਟ। ਜਾ ਕੇ ਸਾਰੇ ਜਣੇ ਫੋਲੋ ਜ਼ਰੂਰ ਕਰ ਲਿਓ। ਤੇ ਆ ਇਹ ਤੇ ਰੀਲ ਬਣਾ ਤੀ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਆਪਾਂ ਨੇ
ਜਿਹੜੀ ਆਪਣੇ ਰੀਲ ਬਣਾਈ ਸੀ ਉਹ ਦੇਖ ਸਕਦੇ ਹੋ ਤੁਸੀਂ, 40K ਵਿਊਜ਼ ਆ ਗਏ ਉਹਤੇ, ਤੇ ਇੱਕ ਨਾਲ ਵਾਲੀ ਰੀਲ ਉਹ ਵੀ ਪਹਿਲਾਂ ਮੈਂ ਹੀ ਬਣਾਈ ਸੀ, ਉਹਤੇ 36K ਵਿਊ ਆ ਰਹੇ ਆ। ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਤੇ ਅਗਲੇ ਵੀਡੀਓ ਕਿਸ ਟੌਪਿਕ ਤੇ ਬਣਾਉਣੀ ਆ ਉਹ ਕਮੈਂਟ ਵਿੱਚ ਸਾਰੇ ਜਣੇ ਪੂਰੀ ਜ਼ਰੂਰ ਦੱਸਿਓ। ਤੇ ਧੰਨਵਾਦ, ਆਪਾਂ ਮਿਲਦੇ ਹਾਂ ਕੋਈ ਨਵੇਂ ਟੌਪਿਕ ਤੇ ਨਵੀਂ ਵੀਡੀਓ ਤੇ।